ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਬਲੌਗ। ਅੱਜ ਅਸੀਂ ਜਾ ਰਹੇ ਹਾਂ ਜੀ ਲੁਧਿਆਣੇ ਤੋਂ ਜਲੰਧਰ ਸਿਟੀ ਬਾਈ ਟ੍ਰੇਨ, ਅਤੇ ਨਾਲ ਮੇਰੇ ਹੈਗਾ ਮੇਰਾ ਫਰੈਂਡ ਨਰੇਸ਼। ਨਰੇਸ਼ ਜੀ ਕੀ ਹਾਲ ਨੇ ਨਰੇਸ਼ ਜੀ ਤੁਹਾਡੇ? ਆਈ ਐਮ ਗੁੱਡ। ਔਰ ਅੱਜ ਤੁਸੀਂ ਕਿਸ ਕਰਕੇ ਜਾ ਰਹੇ ਹੋ ਜਲੰਧਰ ਜੀ, ਥੋੜ੍ਹਾ ਦੱਸਣ ਦੀ ਕਿਰਪਾਲਤਾ ਕਰੋਗੇ? ਜਸਟ ਫੋਰ ਫੰਕਸ਼ਨ। ਓਕੇ, ਔਰ ਫਿਰ ਸਾਨੂੰ ਜਲੰਧਰ ਜਾ ਕੇ ਪਤਾ ਲੱਗੇਗਾ ਜੀ ਕਿਹੜਾ ਫੰਕਸ਼ਨ ਹੈ। ਬਣੇ ਰਹੋ ਸਾਡੇ ਨਾਲ, ਸਟੇਸ਼ਨ ਜਾ ਕੇ ਮਿਲਦੇ ਹਾਂ ਤੁਹਾਡੇ ਨਾਲ। ਤੁਸੀਂ ਦੇਖ ਸਕਦੇ ਹੋ ਜੀ ਆਪਣਾ ਪੱਖਾ ਰੋਡ 'ਤੇ ਬ੍ਰਿਜ ਦਾ ਕੰਮ ਚਾਲੂ ਹੈ, ਕੰਸਟਰਕਸ਼ਨ ਦਾ ਕੰਮ। ਅਜੇ ਕਹਿ ਰਹੇ ਨੇ ਕਿ 2024 ਤੱਕ ਬਣ ਕੇ ਤਿਆਰ ਹੋਏਗਾ। ਜਦੋਂ ਬਣ ਗਿਆ ਟ੍ਰੈਫਿਕ ਦਾ ਕੰਮ ਬਹੁਤ ਹੀ ਵਧੀਆ ਹੋ ਜਾਣਾ। ਸਾਡਾ ਹੀਰੋ ਬੇਕਰੀ ਚੌਂਕ ਆ ਗਿਆ ਜੀ, ਹੀਰੋ ਬੇਕਰੀ ਚੌਂਕ। ਭਾਰਤ ਨਗਰ ਚੌਂਕ ਦਾ ਤੁਸੀਂ ਹਾਲ ਦੇਖ ਸਕਦੇ ਹੋ। ਕੰਸਟਰਕਸ਼ਨ ਦਾ ਕੰਮ ਇੱਥੇ ਚੱਲ ਰਿਹਾ। ਇਹ ਬ੍ਰਿਜ ਸਿੱਧਾ ਹੀ ਆਪਣਾ ਜਗਰਾਓ ਪੁੱਲ ਨਾਲ ਇਹਨਾਂ ਨੇ ਅਟੈਚ ਕਰਨਾ, ਤੁਸੀਂ ਦੇਖ ਸਕਦੇ। ਅਸੀਂ ਪਹੁੰਚ ਗਏ ਹਾਂ ਜੀ ਸਟੇਸ਼ਨ। ਮੇਰਾ ਫਰੈਂਡ ਹੈ ਜੀ, ਅਤੇ ਅਸੀਂ ਹਾਂ। ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਐਸਕਲੇਟਰ ਲਗਾ ਦਿੱਤੇ ਹੋਏ, ਤੁਸੀਂ ਦੇਖ ਸਕਦੇ ਹੋ। ਮੋਡਰਨ ਹੋ ਰਿਹਾ ਆਪਣਾ ਲੁਧਿਆਣਾ ਸ਼ਹਿਰ, ਲੁਧਿਆਣਾ ਸਿਟੀ, ਲੁਧਿਆਣਾ ਦਾ ਰੇਲਵੇ ਸਟੇਸ਼ਨ। ਸਰਬੱਤ ਦਾ ਭਲਾ ਆ ਗਈ ਹੈ ਜੀ, ਤੁਸੀਂ ਦੇਖ ਸਕਦੇ ਹੋ। ਆਪਾਂ ਹੁਣ ਇੱਥੇ ਚੜ੍ਹਨਾ। ਹਾਂ ਐ ਵਾਲੀ ਆ, ਆਈ ਆਈ ਹੈ। ਅਸੀਂ ਸਰ ਲੁਧਿਆਣਾ ਸਿਟੀ 'ਤੇ ਬੈਠ ਗਏ ਹਾਂ ਜੀ। ਟਾਈਮ ਹੋ ਗਿਆ ਜੀ 12:35, ਅਤੇ ਸਰਬੱਤ ਦਾ ਭਲਾ 'ਚ ਮੈਂ ਪਹਿਲਾਂ ਵੀ ਇੱਕ ਵਲੌਗ ਬਣਾਇਆ ਹੋਇਆ, ਤੁਸੀਂ ਜਾ ਕੇ ਦੇਖ ਸਕਦੇ ਹੋ। ਆਈ ਬਟਨ 'ਚ ਮੈਂ ਲਿੰਕ ਦੇ ਦਿਆਂਗਾ। ਜਲੰਧਰ ਤੋਂ ਕਪੂਰਥਲੇ ਦਾ ਬਣਾਇਆ ਹੋਇਆ। ਹੁਣ ਅਸੀਂ ਜਾ ਰਹੇ ਹਾਂ ਜੀ ਲੁਧਿਆਣੇ ਤੋਂ ਜਲੰਧਰ ਸਿਟੀ। ਕਾਫੀ ਫਾਸਟ ਟ੍ਰੇਨ ਆ, 1 ਘੰਟੇ ਦੇ ਵਿੱਚ ਹੀ ਲਗਾ ਦਿੰਦੀ ਹੈ। 12:35 ਚੱਲਦੀ ਹੈ ਅਤੇ 1:30 'ਤੇ ਲਾ ਦਿੰਦੀ ਹੈ ਜਲੰਧਰ ਸਿਟੀ। ਸਟੋਪ ਬਹੁਤ ਘੱਟ ਨੇ ਇਹਦੇ, ਬਣੇ ਰਹੋ ਨਾਲ ਨਾਲ, ਤੁਹਾਨੂੰ ਵਧੀਆ ਵਧੀਆ ਵਿਊ ਦਿਖਾਉਂਦੇ ਹਾਂ। ਲੁਧਿਆਣੇ ਤੋਂ ਡਿਪਾਰਚਰ ਲੈ ਲਿਆ ਜੀ ਸਾਡੀ ਟ੍ਰੇਨ ਨੇ। ਫਿਰ ਬ੍ਰੇਕ ਲੱਗ ਗਈ।
ਸਾਡਾ ਕੋਚ ਸਭ ਤੋਂ ਐਂਡ ਵਾਲਾ ਸੈਕਿੰਡ ਲਾਸਟ ਖੜੀ ਹੈ ਜੀ ਮਾਲਵਾ ਸੁਪਰਫਾਸਟ ਜੋ ਕਿ ਇੰਦੌਰ ਤੋਂ ਮਾਤਾ ਵੈਸ਼ਨੋ ਦੇਵੀ ਕਟਰਾ ਤੱਕ ਜਾਂਦੀ ਹੈ WAP 5 ਲੋਕੋ ਤੁਸੀਂ ਦੇਖ ਸਕਦੇ ਹੋ ਕਲੋਕ ਟਾਵਰ ਇਹ ਲੱਕੜ ਪੁੱਲ ਹੈ ਜੀ ਜਿਹੜਾ ਕਿ ਹੁਣ ਰੀਨਿਊ ਕਰਾ ਦਿੱਤਾ ਹੈ ਗੌਰਮੈਂਟ ਨੇ ਇਹ ਲੱਕੜ ਪੁੱਲ ਦੇ ਨਾਮ ਤੋਂ ਬਹੁਤ ਮਸ਼ਹੂਰ ਸੀਗਾ
ਰਿਪੇਅਰਿੰਗ ਦਾ ਕੰਮ ਚੱਲ ਰਿਹਾ ਜੀ ਇੱਧਰ ਟਰੈਕ ਰਿਪੇਅਰਿੰਗ ਦੇਖ ਰਹੇ ਹੋ ਇਹ ਜਾ ਰਿਹਾ ਜੀ ਆਪਣਾ ਲੰਗਲ ਹੁਸ਼ਿਆਰਪੁਰ ਫਗਵਾੜਾ This is sugar mill.
ਅਸੀਂ ਅਰਾਈਵਲ ਲੈ ਰਹੇ ਹਾਂ ਜੀ ਜਲੰਧਰ ਸਿਟੀ। WAP5 ਗਾਜ਼ੀਆਬਾਦ ਇਲੈਕਟ੍ਰਿਕ ਲੋਕੋ ਹਮੇਸ਼ਾ ਇੱਥੇ ਹੀ ਖੜ੍ਹਾ ਰਹਿੰਦਾ ਜਦੋਂ ਵੀ ਆਈਏ ਜਲੰਧਰ ਸਿਟੀ। ਸਾਡੀ ਗੱਡੀ 10 ਮਿੰਟ ਡਿਲੇ ਨਾਲ ਪਹੁੰਚੀ ਹੈ।